ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ 'ਤੇ। ਅਮਰੀਕਾ ਦੇ ਨਿਊਯਾਰਕ 'ਚ BAPS ਸਵਾਮੀ ਨਾਰਾਇਣ ਮੰਦਰ 'ਚ ਭੰਨ ਤੋੜ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇੰਡੀਅਨ ਅੰਬੈਸੀ ਨੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਦੂਤਾਵਾਸ ਨੇ ਕਿਹਾ ਕਿ ਉਸ ਨੇ ਇਸ ਘਿਨੌਣੇ ਕਾਰਜ 'ਚ ਸ਼ਾਮਲ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਲਈ ਅਮਰੀਕੀ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਕੁਝ ਦਿਨਾਂ ਬਾਅਦ ਘਟਨਾ ਵਾਲੀ ਥਾਂ ਦੇ ਨੇੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਹੋਣਾ ਹੈ। ਭਾਰਤੀ ਕੌਂਸਲੇਟ ਨੇ ਸੋਮਵਾਰ ਨੂੰ ਐਕਸ ਪੋਸਟ 'ਚ ਲਿਖਿਆ, ਮੈਲਵਿਲ ਨਿਊਯਾਰਕ 'ਚ BAPS ਸਵਾਮੀ ਨਾਰਾਇਣ ਮੰਦਰ 'ਚ ਭੰਨ ਤੋੜ ਅਸਵੀਕਾਰਨਯੋਗ ਹੈ। ਦੂਤਾਵਾਸ ਸੰਬੰਧਿਤ ਲੋਕਾਂ ਦੇ ਸੰਪਰਕ 'ਚ ਹੈ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੈਲਵਿਲੇ ਸਫੋਲਕ ਕਾਉਂਟੀ ਲੌਂਗ ਆਈਲੈਂਡ 'ਚ ਹੈ। 16,000 ਸੀਟ ਵਾਲੇ ਨਸਾਓ ਵੈਟਨਰਜ਼ ਮੈਮੋਰੀਅਲ ਕੋਲੋਜ਼ੀਅਮ ਦੇ ਲਗਭਗ 28 ਮੀਲ ਦੂਰ ਹੈ। ਇਸ ਮੈਮੋਰੀਅਲ 'ਚ PM ਮੋਦੀ 22 ਸਤੰਬਰ ਨੂੰ ਇੱਕ ਵਿਸ਼ਾਲ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇੱਕ ਐਕਸ ਪੋਸਟ 'ਚ ਲਿਖਿਆ ਹੈ ਕਿ ਹਿੰਦੂ ਸੰਸਥਾਵਾਂ ਵੱਲੋਂ ਮਿਲੀਆਂ ਧਮਕੀਆਂ ਤੋਂ ਬਾਅਦ ਨਿਆਂ ਵਿਭਾਗ ਅਤੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੂੰ ਮੰਦਰ 'ਤੇ ਹਮਲੇ ਦੀ ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਇਸ ਹਫ਼ਤੇ ਦੇ ਅੰਤ 'ਚ ਨੇੜਲੇ ਕਸਾਓ ਕਾਉਂਟੀ 'ਚ ਇੱਕ ਵਿਸ਼ਾਲ ਭਾਰਤੀ ਭਾਈਚਾਰੇ ਦੀ ਜਨਤਕ ਮੀਟਿੰਗ ਦੀ ਯੋਜਨਾ ਹੈ। ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਹਮਲਿਆਂ ਰਾਹੀਂ ਪੈਦਾ ਹੋਈ ਹਮਦਰਦੀ ਦਾ ਫਾਇਦਾ ਉਠਾ ਕੇ ਦਾਨ ਦਾ ਪੱਤਾ ਖੇਡਣ 'ਚ ਰੁੱਝੇ ਹੋਏ ਨੇ। ਐਤਵਾਰ ਨੂੰ ਫਲੋਰੀਡਾ ਗੋਲਫ ਕੋਰਸ 'ਚ ਘਟਨਾ ਦੇ 1 ਘੰਟੇ ਦੇ ਅੰਦਰ ਟਰੰਪ ਦੀ ਟੀਮ ਨੇ ਆਪਣੇ 1 ਮਿਲੀਅਨ ਸਮਰਥਕਾਂ ਨੂੰ ਦਾਨ ਈਮੇਲ ਭੇਜੀ। ਇਹ ਸਾਰੇ ਸਮਰਥਕ ਪਹਿਲਾਂ $50 ਦਾਨ ਕਰ ਚੁੱਕੇ ਨੇ। ਈਮੇਲ ਦੇ ਨਾਲ ਦਾਨ ਲਈ ਇੱਕ ਲਿੰਕ ਵੀ ਭੇਜਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਕਮਲਾ ਹੈਰਿਸ ਟਰੰਪ ਕੋਲ 1,090 ਕਰੋੜ ਰੁਪਏ ਦਾ ਚੋਣ ਫੰਡ ਹੈ। ਟਰੰਪ ਨੂੰ 13 ਜੁਲਾਈ ਨੂੰ ਪੈਨਸਲਵੇਨੀਆ 'ਚ ਇੱਕ ਇਕੱਠ 'ਚ ਗੋਲੀ ਮਾਰ ਦਿੱਤੀ ਗਈ ਸੀਗੀ। ਇਸ ਤੋਂ ਬਾਅਦ ਟਰੰਪ ਨੇ ਸਾਰੇ 7 ਮਹੱਤਵਪੂਰਨ ਸੂਬਿਆਂ 'ਚ ਆਪਣੇ ਤਤਕਾਲੀ ਵਿਰੋਧੀ ਰਾਸ਼ਟਰਪਤੀ ਜੋ ਬਾਈਡਨ 'ਤੇ 4% ਅੰਕਾਂ ਦਾ ਬੋਝ ਲਾਇਆ ਸੀਗਾ। ਪਰ ਐਤਵਾਰ ਨੂੰ ਫਲੋਰੀਡਾ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਵੀ ਟਰੰਪ ਰੇਟਿੰਗ 'ਚ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਤੋਂ ਪਿੱਛੇ ਨੇ। 2 ਮਹੀਨਿਆਂ 'ਚ ਟਰੰਪ 'ਤੇ 2 ਹਮਲੇ ਹੋ ਚੁੱਕੇ ਨੇ। 13 ਜੁਲਾਈ ਨੂੰ ਪੈਨਸਲਵੇਨੀਆ 'ਚ ਟਰੰਪ 'ਤੇ ਗੋਲੀਬਾਰੀ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਨੇ ਜਾਂਚ ਲਈ ਟਾਸਕ ਫੋਰਸ ਦਾ ਗਠਨ ਕੀਤਾ ਸੀ। FBI, ਸੀਕ੍ਰੇਟ ਸਰਵਿਸ ਅਤੇ ਪੁਲਿਸ ਇਸ 'ਚ ਸ਼ਾਮਲ ਸੀ। ਇਸ ਦੀ ਅੰਤਿਮ ਰਿਪੋਰਟ ਵੀ ਅਜੇ ਜਾਰੀ ਨਹੀਂ ਕੀਤੀ ਗਈ। ਟਰੰਪ ਨੇ 5 ਨਵੰਬਰ ਨੂੰ ਚੋਣਾਂ ਤੋਂ ਪਹਿਲਾਂ ਲਗਭਗ 50 ਬੈਠਕਾਂ ਕਰਨੀਆਂ ਨੇ। ਟਰੰਪ ਦੀ ਟੀਮ ਸੁਰੱਖਿਆ ਨਾਲ ਸਮਝੌਤਾ ਕਰਨ ਦੇ ਮੂਡ 'ਚ ਨਹੀਂ ਹੈ। ਟਰੰਪ ਕੋਲ ਫਿਲਹਾਲ ਚੋਣ ਰੈਲੀ 'ਚ ਨਿੱਜੀ ਸੁਰੱਖਿਆ ਲਈ 4 ਕਮਾਂਡੋ ਨੇ। ਟਰੰਪ ਇਸ ਨੂੰ ਵਧਾ ਕੇ 12 ਕਰਨ ਜਾ ਰਹੇ ਨੇ। ਇਹ ਸੀਕ੍ਰੇਟ ਸਰਵਿਸ, FBI ਅਤੇ ਸਥਾਨਕ ਪੁਲਿਸ ਤੋਂ ਇਲਾਵਾ ਹੋਣਗੇ। ਸਾਬਕਾ ਰਾਸ਼ਟਰਪਤੀ ਹੋਣ ਦੇ ਨਾਤੇ ਟਰੰਪ ਨੂੰ ਚੋਣ ਰੈਲੀਆਂ ਲਈ ਸੀਕ੍ਰੇਟ ਸਰਵਿਸ ਦੇ 20 ਸਪੈਸ਼ਲ ਕਮਾਂਡੋਜ਼ ਦੀ ਸੁਰੱਖਿਆ ਮਿਲੀ ਹੈ। ਦੂਜੇ ਪਾਸੇ ਐਲਨ ਮਸਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਤਕਨੀਕੀ ਅਰਬਪਤੀ ਐਲਨ ਮਸਕ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 'ਤੇ ਦੂਜੀ ਵਾਰ ਹੱਤਿਆ ਦੀ ਕੋਸ਼ਿਸ਼ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਵਾਦ ਸਹੇੜ ਲਏ ਨੇ। ਉਹਨਾਂ ਸਵਾਲ ਉਠਾਇਆ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ 'ਤੇ ਕੋਈ ਵੀ ਹੱਤਿਆ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਿਹਾ। ਮਸਕ ਨੇ ਇੱਕ ਐਕਸ ਉਪਭੋਗਤਾ ਦੇ ਸਵਾਲ ਦਾ ਜਵਾਬ ਦਿੱਤਾ ਕਿ ਉਹ ਡੋਨਲਡ ਟਰੰਪ ਨੂੰ ਕਿਉਂ ਮਾਰਨਾ ਚਾਹੁੰਦੇ ਨੇ। ਮਸਕ ਨੇ ਲਿਖਿਆ, ਅਤੇ ਕੋਈ ਵੀ ਬਾਈਡਨ ਕਮਲਾ ਨੂੰ ਮਾਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਮਸਕ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਡੋਨਲਡ ਟਰੰਪ 'ਤੇ ਦੂਜੀ ਵਾਰ ਕਤਲ ਦੀ ਕੋਸ਼ਿਸ਼ ਦੀਆਂ ਖਬਰਾਂ ਸਾਹਮਣੇ ਆਈਆਂ। ਇਹ ਘਟਨਾ ਫਲੋਰੀਡਾ ਦੇ ਇੱਕ ਗੋਲਫ ਕੋਰਸ ਦੇ ਬਾਹਰ ਵਾਪਰੀ ਜਿੱਥੇ ਟਰੰਪ ਗੋਲਫ ਖੇਡ ਰਹੇ ਸਨ। ਘਟਨਾ ਦੌਰਾਨ ਹਮਲਾਵਰ ਨੇ AK-47 ਵਰਗੀ ਅਸਾਲਟ ਰਾਈਫਲ ਅਤੇ ਕੁਝ ਹੋਰ ਸਮਾਨ ਘਟਨਾ ਸਥਾਨ 'ਤੇ ਛੱਡ ਦਿੱਤਾ ਅਤੇ ਇੱਕ ਵਾਹਨ 'ਚ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ 'ਚ ਅਮਰੀਕੀ ਜਾਂਚ ਏਜੰਸੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਇਸ ਤੋਂ ਪਹਿਲਾਂ ਵੀ ਜੁਲਾਈ 2024 'ਚ ਟਰੰਪ 'ਤੇ ਹੱਤਿਆ ਦੀ ਕੋਸ਼ਿਸ਼ ਹੋਈ ਸੀ ਜਦੋਂ ਪੈਨਸਲਵੇਨੀਆ 'ਚ ਇੱਕ ਚੋਣ ਰੈਲੀ ਦੌਰਾਨ ਉਹਨਾਂ 'ਤੇ ਗੋਲੀ ਚਲਾਈ ਗਈ ਸੀ। ਉਸ ਹਮਲੇ 'ਚ ਟਰੰਪ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਜਿਸ ਨਾਲ ਉਹਨਾਂ ਦੇ ਸੱਜੇ ਕੰਨ 'ਤੇ ਸੱਟ ਵੱਜੀ ਸੀ। ਦੋਵਾਂ ਘਟਨਾਵਾਂ 'ਚ ਟਰੰਪ ਸੁਰੱਖਿਅਤ ਰਹੇ ਅਤੇ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਭੇਜ ਕੇ ਆਪਣੀ ਸੁਰੱਖਿਆ ਦੀ ਜਾਣਕਾਰੀ ਦਿੱਤੀ। ਫਲੋਰੀਡਾ ਘਟਨਾ ਤੋਂ ਬਾਅਦ ਟਰੰਪ ਦੇ ਪ੍ਰਚਾਰ ਸੰਚਾਰ ਨਿਰਦੇਸ਼ਕ ਸਟੀਵਨ ਚੇਂਗ ਨੇ ਕਿਹਾ ਕਿ ਟਰੰਪ ਸੁਰੱਖਿਅਤ ਨੇ। ਐਲਨ ਮਸਕ ਦਾ ਵਿਵਾਦਿਤ ਬਿਆਨ ਉਦੋਂ ਆਇਆ ਜਦੋਂ ਕਿਸੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਕਿ ਉਹ ਡੋਨਲਡ ਟਰੰਪ ਨੂੰ ਕਿਉਂ ਮਾਰਨਾ ਚਾਹੁੰਦੇ ਨੇ। ਇਸ 'ਤੇ ਮਸਕ ਨੇ ਜਵਾਬ ਦਿੱਤਾ ਕਿ ਕੋਈ ਵੀ ਬਾਈਡਨ ਕਮਲਾ ਨੂੰ ਮਾਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਇਸ ਬਿਆਨ ਨੂੰ ਬਾਈਡਨ ਹੈਰਿਸ ਪ੍ਰਸ਼ਾਸਨ 'ਤੇ ਸਿੱਧਾ ਹਮਲਾ ਮੰਨਿਆ ਜਾ ਰਿਹਾ ਹੈ। ਮਸਕ, ਜਿਸ ਨੇ ਹਾਲ ਹੀ 'ਚ ਜਨਤਕ ਤੌਰ 'ਤੇ ਡੋਨਲਡ ਟਰੰਪ ਦਾ ਸਮਰਥਨ ਕੀਤਾ ਹੈ, ਨੇ ਜੁਲਾਈ 2024 'ਚ ਟਰੰਪ ਦੀ ਰਾਸ਼ਟਰਪਤੀ ਮੁਹਿੰਮ ਲਈ ਸਮਰਥਨ ਜ਼ਾਹਰ ਕੀਤਾ ਸੀ। ਟਰੰਪ ਨੇ ਆਪਣੀ ਸੋਸ਼ਲ ਮੀਡੀਆ ਕੰਪਨੀ ਐਕਸ 'ਚ ਮਸਕ ਦੀ ਲਾਗਤ 'ਚ ਕਟੌਤੀ ਅਤੇ ਹੋਰ ਸੁਧਾਰਾਂ ਦੀ ਵੀ ਸ਼ਲਾਘਾ ਕੀਤੀ। ਟਰੰਪ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਨੇ ਤਾਂ ਮਸਕ ਲਈ ਵੱਡੀ ਭੂਮਿਕਾ ਦੀ ਸੰਭਾਵਨਾ ਹੋ ਸਕਦੀ ਹੈ। ਇਹ ਘਟਨਾ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਸਾਹਮਣੇ ਆਈਆਂ ਨੇ ਜਿੱਥੇ ਟਰੰਪ ਦੁਬਾਰਾ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਰਹੇ ਨੇ। ਮਸ਼ਹੂਰ ਪੌਪ ਗਾਇਕ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ਦੀ ਖਬਰ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਟੀਟੋ ਗਿਟਾਰ ਵਜਾਉਣ, ਗਾਉਣ ਅਤੇ ਨੱਚਣ 'ਚ ਮਾਹਰ ਸਨ। ਟੀਟੋ ਦੀ ਮੌਤ ਤੋਂ ਬਾਅਦ ਹੁਣ ਪ੍ਰਸ਼ੰਸਕ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ। ਟੀਟੋ ਦੀ ਮੌਤ ਦੀ ਖਬਰ ਦੀ ਪੁਸ਼ਟੀ ਜੈਕਸਨ ਪਰਿਵਾਰ ਦੇ ਲੰਬੇ ਸਮੇਂ ਦੇ ਦੋਸਤ ਅਤੇ ਸਹਿਯੋਗੀ ਸਟੀਵ ਮੈਨਿੰਗ ਨੇ ਕੀਤੀ ਹੈ। ਮੀਡੀਆ ਰਿਪੋਰਟਸ ਮੁਤਾਬਕ ਸਟੀਵ ਮੈਨਿੰਗ ਦਾ ਮੰਨਣਾ ਹੈ ਕਿ ਰੋਡ ਟ੍ਰਿਪ 'ਤੇ ਗੱਡੀ ਚਲਾਉਂਦੇ ਸਮੇਂ ਟੀਟੋ ਨੂੰ ਦਿਲ ਦਾ ਦੌਰਾ ਪਿਆ, ਹਾਲਾਂਕਿ ਮੌਤ ਦਾ ਅਧਿਕਾਰਤ ਕਾਰਨ ਅਜੇ ਸਾਹਮਣੇ ਨਹੀਂ ਆਇਆ। ਗਾਜ਼ਾ ਪੱਟੀ 'ਤੇ ਇਜ਼ਰਾਈਲੀ ਫੌਜ ਵੱਲੋਂ ਕੀਤੇ ਹਵਾਈ ਹਮਲਿਆਂ 'ਚ 16 ਵਿਅਕਤੀ ਮਾਰੇ ਗਏ। ਮ੍ਰਿਤਕਾਂ 'ਚ 4 ਔਰਤਾਂ ਅਤੇ 4 ਬੱਚੇ ਵੀ ਸ਼ਾਮਲ ਨੇ। ਨੁਸਰਤ ਸ਼ਰਨਾਰਥੀ ਕੈਂਪ 'ਤੇ ਅੱਜ ਤੜਕੇ ਕੀਤੇ ਹਮਲੇ 'ਚ ਘਰ ਮਲਬਾ ਬਣ ਗਿਆ, ਜਿਸ 'ਚ 4 ਔਰਤਾਂ ਅਤੇ 2 ਬੱਚਿਆਂ ਸਮੇਤ 10 ਵਿਅਕਤੀ ਮਾਰੇ ਗਏ। ਆਪਦਾ ਹਸਪਤਾਲ ਮੁਤਾਬਕ ਇਸ ਹਮਲੇ 'ਚ 13 ਹੋਰ ਵਿਅਕਤੀ ਜ਼ਖਮੀ ਹੋਏ ਨੇ ਜੋ ਜ਼ੇਰੇ ਇਲਾਜ ਨੇ। ਇਜ਼ਰਾਈਲੀ ਫੌਜ ਵੱਲੋਂ ਗਾਜ਼ਾ ਸ਼ਹਿਰ 'ਤੇ ਕੀਤੇ ਗਏ ਹੋਰ ਹਮਲੇ 'ਚ ਔਰਤ ਅਤੇ 2 ਬੱਚਿਆਂ ਸਮੇਤ 6 ਵਿਅਕਤੀ ਮਾਰੇ ਗਏ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸਿਰਫ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਹਨਾਂ ਹਮਾਸ ਅਤੇ ਹੋਰ ਹਥਿਆਰਬੰਦ ਗੁੱਟਾਂ 'ਤੇ ਦੋਸ਼ ਲਗਾਇਆ ਕਿ ਉਹ ਰਿਹਾਇਸ਼ੀ ਇਲਾਕਿਆਂ 'ਚ ਪਨਾਹ ਲੈ ਕੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਰਹੇ ਨੇ। ਉੱਧਰ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਹਮਾਸ ਵੱਲੋਂ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਮਗਰੋਂ ਜੰਗ 'ਚ 41,000 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲ ਨੇ ਕੋਈ ਸਬੂਤ ਦਿੱਤੇ ਬਿਨਾਂ ਦਾਅਵਾ ਕੀਤਾ ਹੈ ਕਿ ਉਸ ਨੇ 17,000 ਤੋਂ ਵੱਧ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਇਜ਼ਰਾਈਲੀ ਫੌਜ ਵੱਲੋਂ ਕਿਸੇ ਇੱਕ ਹਮਲੇ 'ਤੇ ਘੱਟ ਹੀ ਪ੍ਰਤੀਕਰਮ ਦਿੱਤਾ ਜਾਂਦਾ ਹੈ, ਜਿਸ 'ਚ ਅਕਸਰ ਔਰਤਾਂ ਅਤੇ ਬੱਚਿਆਂ ਦੀ ਮੌਤ ਹੁੰਦੀ ਹੈ। ਇਜ਼ਰਾਈਲ ਜਾਣੀ ਨੁਕਸਾਨ ਦੇ ਵੇਰਵੇ ਨਹੀਂ ਦਿੰਦਾ, ਪਰ ਉਹ ਸਿਰਫ ਆਖਦਾ ਹੈ ਕਿ ਮਾਰੇ ਗਏ ਵਿਅਕਤੀਆਂ 'ਚ ਅੱਧੇ ਤੋਂ ਜ਼ਿਆਦਾ ਔਰਤਾਂ ਅਤੇ ਬੱਚੇ ਸ਼ਾਮਲ ਨੇ। ਭਾਰਤ ਨੇ ਚੱਕਰਵਾਤ ਯਾਗੀ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਵੀਅਤਨਾਮ ਦੀ ਮਦਦ ਲਈ $10,00,000 ਦੀ ਰਾਹਤ ਸਮੱਗਰੀ ਭੇਜੀ ਹੈ। ਭਾਰਤ ਨੇ ਇਸ ਨੂੰ ਆਪਰੇਸ਼ਨ ਸਦਭਾਵ ਦਾ ਨਾਮ ਦਿੱਤਾ ਹੈ। ਇਸ ਆਪਰੇਸ਼ਨ ਤਹਿਤ ਭਾਰਤ ਨੇ ਕੁੱਲ 35 ਟਨ ਰਾਹਤ ਸਮੱਗਰੀ ਜਿਵੇਂ ਵਾਟਰ ਫਿਲਟਰ, ਪਾਣੀ ਦੇ ਕੰਟੇਨਰ, ਕੰਬਲ, ਰਸੋਈ ਦੇ ਬਰਤਨ ਅਤੇ ਸੂਰਜੀ ਲਾਲਟੇਨ ਭੇਜੇ ਨੇ। ਇਹ ਸਮੱਗਰੀ ਐਤਵਾਰ ਰਾਤ ਨੂੰ ਹਵਾਈ ਸੈਨਾ ਦੇ C-17 ਜਹਾਜ਼ ਦੁਆਰਾ ਭੇਜੀ ਗਈ ਸੀ। ਵੀਅਤਨਾਮ 'ਚ ਯਾਗੀ ਦੇ ਕਾਰਨ ਹੋਏ ਨੁਕਸਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀਅਤਨਾਮ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ। ਭਾਰਤ ਨੇ ਵੀਅਤਨਾਮ ਤੋਂ ਇਲਾਵਾ ਯਾਗੀ ਪ੍ਰਭਾਵਿਤ ਮਿਆਂਮਾਰ ਅਤੇ ਲਾਓਸ ਨੂੰ ਵੀ ਰਾਹਤ ਸਮੱਗਰੀ ਭੇਜੀ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ ਹੈ। ਵੀਅਤਨਾਮ 'ਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ
200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਅਤਨਾਮੀ ਅਖਬਾਰ ਵੀਐਨ ਐਕਸਪ੍ਰੈਸ ਮੁਤਾਬਕ 100 ਤੋਂ ਵੱਧ ਲੋਕ ਲਾਪਤਾ ਨੇ, 800 ਤੋਂ ਵੱਧ ਜ਼ਖਮੀ ਹੋਏ ਨੇ। 10 ਸਤੰਬਰ ਨੂੰ ਲਾਓਕਾਈ ਸੂਬੇ 'ਚ ਜ਼ਮੀਨ ਖਿਸਕਣ ਕਾਰਨ ਲੈਂਗ ਨੂ ਪਿੰਡ ਮਿੱਟੀ 'ਚ ਦੱਬ ਗਿਆ ਸੀ। ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ 500 ਮੀਟਰ ਦੂਰ ਇੱਕ ਪਹਾੜ ਤੋਂ ਚਿੱਕੜ ਅਤੇ ਚੱਟਾਨਾਂ ਦੇ ਵਹਿਣ ਨੇ ਪੂਰੇ ਪਿੰਡ ਨੂੰ ਚਿੱਕੜ 'ਚ ਦੱਬ ਦਿੱਤਾ। ਇਸ ਪਿੰਡ 'ਚ 37 ਘਰ ਸਨ, ਜਿਨ੍ਹਾਂ 'ਚ 158 ਲੋਕ ਰਹਿੰਦੇ ਸਨ। ਜ਼ਮੀਨ ਖਿਸਕਣ ਤੋਂ ਬਾਅਦ ਸਥਾਨਕ ਲੋਕ 17 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ 'ਚ ਸਫਲ ਰਹੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਅਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।